ਵੈਲਕਮ ਬੈਕ ਜੀ, ਅਸਲਾਮੁ ਅਲੈਕੁਮ ਜੀ। ਤਮਾਮ ਆਈ ਯੂਟਿਊਬ ਫੈਮਿਲੀ ਕੈਸੀ ਹੈ, ਉਮੀਦ ਹੈ ਜੀ ਸਭ ਠੀਕ ਹੋਣਗੇ ਔਰ ਖੈਰਿਤ ਨਾਲ ਹੋਣਗੇ, ਅਲਹਮਦੁਲਿਲਾ। ਔਰ ਮੇਰੇ ਭੈਣ ਭਰਾ ਦੇਸ਼ ਪ੍ਰਦੇਸ਼ ਰਹਿਣ ਵਾਲੇ ਵੀ ਠੀਕ ਹੋਣਗੇ। ਅਤੇ ਚੱਲੇ ਵੀਵਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਦੀ ਰੈਸਪੀ ਅਤੇ ਵੀਡੀਓ ਦੇ ਨਾਲ ਬਣਿਆ ਰਹੀਏਗਾ। ਜਿਹੜਾ ਮੇਰਾ ਭੈਣ ਭਰਾ ਚੈਨਲ 'ਤੇ ਨਿਊ ਚੈਨਲ ਲਾਈਕ ਸਬਸਕ੍ਰਾਈਬ ਔਰ ਬੈਲ ਦੇ ਬਟਨ ਨੂੰ ਲਾਜ਼ਮੀ ਨੱਪ ਦੇਵੇ, ਸਭ ਤੋਂ ਪਹਿਲੇ ਫੋਨ ਦੇਵੇ ਤੁਹਾਡੇ ਕੋਲ। ਮਾਸ਼ਾਅੱਲਾ ਜੀ, ਅੰਮੀ ਵੀ ਠੀਕ ਹੋ ਗਏ ਨੇ। ਅਤੇ ਚੱਲੇ ਤੁਹਾਡੇ ਨਾਲ ਸ਼ੇਅਰ ਕਰਨੀ ਜੀ ਰੈਸਪੀ, ਵੀਡੀਓ ਦੇ ਨਾਲ ਬਣੇ ਰਹੀਏਗਾ ਜੀ। ਅਸੀਂ ਪਕਾਵਾਂਗੇ ਜੀ ਅੱਜ ਕਰੇਲਿਆਂ ਦੀ ਰੈਸਪੀ। ਕਰੇਲੇ ਅਸੀਂ ਪਕਾਵਾਂਗੇ ਜੀ ਭਰ ਕੇ ਦਾਲ ਦੇ, ਚਣਿਆਂ ਦੀ ਦਾਲ ਦੇ। ਚੱਲੇ ਤੁਹਾਡੇ ਨਾਲ ਸ਼ੇਅਰ ਕਰਨੇ ਆ, ਵੀਡੀਓ ਦੇ ਨਾਲ ਬਣੇ ਰਹੀਏਗਾ। ਅੰਮੀ ਬੈਠੇ ਨੇ ਜੀ ਕਿਚਨ ਦੇ ਅੰਦਰ ਹੀ, ਦੇਖ ਸਕਦੇ ਅੰਮੀ ਮਾਸ਼ਾਅੱਲਾ ਠੀਕ ਨੇ, ਬਿਮਾਰ ਕਾਫੀ ਹੋ ਗਏ ਸੀ, ਟ੍ਰਿਪਾਂ ਲਵਾਉਣੀਆਂ ਪਈਆਂ ਸੀ ਅੰਮੀ ਨੇ। ਅਤੇ ਪਿਛਲੀ ਵੀਡੀਓ ਤੁਸੀਂ ਮੇਰੀ ਵੇਖੀ ਹੋਏਗੀ, ਮੈਂ ਆਪ ਹੀ ਖਾਣਾ ਬਣਾਇਆ, ਲੇਕਿਨ ਹੁਣ ਜਿਹੜਾ ਨਾ ਅੰਮੀ ਬਿਲਕੁਲ ਠੀਕ ਨੇ। ਅਤੇ ਤੁਹਾਡੇ ਵੀਵਰਾਂ ਦੀ ਦੁਆ ਨਾਲ ਹੀ ਠੀਕ ਹੋਏ ਨੇ ਜੀ। ਅਤੇ ਚੱਲੇ ਤੁਹਾਡੇ ਨਾਲ ਸ਼ੇਅਰ ਕਰਨਾ ਜੀ ਰੈਸਪੀ। ਇਹ ਸਾਡੇ ਕੋਲ ਪਿਆ ਜੀ ਵੀਵਰਸ ਪਿਆਜ਼, ਔਰ ਹੈ ਜੀ ਗਰਮ ਮਸਾਲਾ, ਪਿਆਜ਼, ਹਰੀਆਂ ਮਿਰਚਾਂ, ਟਮਾਟਰ, ਠੀਕ ਹੈ ਜੀ, ਅਦਰਕ ਲਸਣ ਦਾ ਥੱਲੇ ਯਾਨੀ ਕਿ ਉਹ ਵੀ ਕੱਟਿਆ ਹੋਇਆ। ਇਹ ਸੀ ਪਈਆਂ ਮਿਰਚਾਂ, ਇਹ ਜੀ ਸਾਡੇ ਕੋਲ ਵੀਵਰ ਪਈ ਜੀ ਚਣੇ ਦੀ ਦਾਲ, ਜਿਹੜੀ ਅਸੀਂ ਉਬਾਲ ਲਈ ਹੈ ਪਹਿਲੀ। ਇਹ ਅਸੀਂ ਐਡ ਕਰਾਂਗੇ ਜੀ ਕਰੇਲਿਆਂ ਦੇ ਅੰਦਰ ਸਾਰੇ ਮਸਾਲੇ ਵਗੈਰਾ। ਅਤੇ ਜੀ ਵੀਵਰਸ ਇਸ ਕਰੇਲੇ ਅਸੀਂ ਕੱਟੇ ਹੋਏ ਨੇ ਵੀ ਸੈਂਟਰ 'ਚੋਂ, ਇਹਦੇ ਇਹਨੂੰ ਭਰਾਂਗੇ ਜੀ ਵੀਵਰ ਚਣੇ ਦੀ ਦਾਲ ਨਾਲ। ਤੇ ਚਲੇ ਵੀਡੀਓ ਦੇ ਨਾਲ ਬਣੇ ਰਹੀਏਗਾ ਜੀ, ਸਟਾਰਟ ਕਰਨੇ ਜੀ ਰੈਸਪੀ। ਵੀਵਰ ਜੀ ਇਹ ਮਸਾਲਾ ਵਗੈਰਾ ਜਿੰਨਾ ਵੀ ਹੈ ਸਾਰਾ, ਪਿਆਜ਼, ਹਰੀਆਂ ਮਿਰਚਾਂ, ਔਰ ਅੰਮੀ ਨੇ ਚਣੇ ਦੀ ਦਾਲ 'ਚ ਐਡ ਕਰਤੀ ਜੀ, ਖੁੱਲ੍ਹਾ ਗਰਮ ਮਸਾਲਾ ਵੀ ਅੰਮੀ ਐਡ ਕਰੇਗੀ ਵਿੱਚ ਜੀ, ਔਰ ਵੀਵਰ ਜੀ ਨਮਕ ਜਿਹੜਾ ਨਾ ਜੀ ਇੱਕ ਚਮਚ ਨਮਕ ਦਾ ਹੈ, ਔਰ ਮਿਰਚਾਂ ਜਿਹੜੀਆਂ ਨਾ ਜੀ ਤੁਸੀਂ ਆਪਣੇ ਕੰਟੀ ਨੂਡਲਸ ਦੇ ਮੁਤਾਬਕ ਜਿੰਨੀਆਂ ਇਸਤੇਮਾਲ ਯਾਨੀ ਕਿ ਕਰਦੇ ਜੇ ਖਾਂਦੇ ਜੇ ਉਨੀਆਂ ਤੁਸੀਂ ਇਸਤੇਮਾਲ ਕਰ ਸਕਦੇ ਜੇ ਅਸੀਂ, ਲੇਕਿਨ ਜਿੰਨੀਆਂ ਅਸੀਂ ਇਸਤੇਮਾਲ ਕਰਾਂਗੇ ਤੁਸੀਂ ਦੇਖ ਰਹੇ ਜੇ। ਅਤੇ ਜੀ ਵੀਵਰ ਜੀ ਕਰੇਲਿਆਂ ਨੂੰ ਅਸੀਂ ਐਡ ਇਹਦੇ ਵਿੱਚ ਯਾਨੀ ਕਿ ਚਨੇ ਦੀ ਦਾਲ, ਮਸਾਲੇ ਵਗੈਰਾ ਸਾਰੇ ਐਡ ਕਰਦੇ ਨੇ, ਇਹਦੇ ਵਿੱਚ ਭਰਾਂਗੇ। ਅਤੇ ਵੀਵਰ ਜਿਹੜਾ ਨਾ ਜੀ ਅੰਮੀ ਕਾਫੀ ਬਿਮਾਰ ਹੋ ਗਈ ਸੀ, ਕਰੇਲੇ ਜਿਹੜੇ ਨਾ ਜਾਂਦੇ ਨੇ ਬਿਲਕੁਲ ਘੀ ਦੇ ਅੰਦਰ ਜਿਹੜਾ ਨਾ ਜੀ ਧੁੰਦੇ ਨੇ। ਅਤੇ ਚੱਲ ਇਸ ਤੋਂ ਬਾਅਦ ਅਸੀਂ ਸੁੱਟਾਂਗੇ ਜੀ ਪਿਆਜ਼, ਜਿਹੜਾ ਅਸੀਂ ਜਿਹੜਾ ਚਣਿਆਂ ਦੀ ਦਾਲ ਦੇ ਵਿੱਚ ਭਰ ਕੇ ਕਰੇਲੇ ਜਿਹੜੇ ਨਾ ਜੀ ਤਲੇ ਨੇ ਓਇਲ ਦੇ ਅੰਦਰ। ਪਿਆਜ਼ ਅਸੀਂ ਬਿਲਕੁਲ ਕਰਾਂਗੇ ਅੱਛੇ ਤਰੀਕੇ ਨਾਲ ਬਰਾਉਨ, ਫਿਰ ਉਹਦੇ ਅੰਦਰ ਅਸੀਂ ਐਡ ਕਰਾਂਗੇ ਜੀ ਟਮਾਟਰ। ਜੇਕਰ ਪਿਆਜ਼ ਜਿਹੜਾ ਨਾ ਜੀ ਬਰਾਉਨ ਜਿਹੜਾ ਨਾ ਜੀ ਹੋ ਚੁੱਕਿਆ ਹੈ ਅਤੇ ਨਰਮ ਵੀ ਹੋ ਚੁੱਕਿਆ ਹੈ, ਟਮਾਟਰ ਵੀ ਅਸੀਂ ਐਡ ਕਰਦਾ ਨਾਲ ਨਮਕ ਔਰ ਮਿਰਚ ਜਿਹੜਾ ਨਾ ਜੀ ਉਹ ਵੀ ਅਸੀਂ ਪਾਉਂਦੇ ਹਾਂ ਨਾਲ ਹੀ, ਉਹਦੇ ਨਾਲ ਹੀ ਪੱਕ ਜਾਵੇ ਕੱਚੀ ਮਿਰਚ ਨਾ ਰਹੇ।
ਉਹ ਦੋ ਚਮਚ ਅਸੀਂ ਮਿਰਚ ਦੇ ਐਡ ਕਰਾਂਗੇ ਨੇ ਅੰਦਰ ਕੰਟੀਨਿਊ ਹਜ਼ਮੇ ਮੁਤਾਬਕ ਹਲਦੀ ਜਾਏਗੀ ਅਤੇ ਜੇਕਰ ਹਜ਼ਮੇ ਮੁਤਾਬਕ ਹੀ ਜਿਹੜਾ ਨਮਕ ਆਂਡੀ 'ਚ ਜਿੰਨਾ ਇਸਤੇਮਾਲ ਹੁੰਦਾ ਉਨਾ ਹੀ ਜਾਏਗਾ ਦੇਖ ਸਕਦੇ ਹੋ ਤੁਸੀਂ ਅੰਦਰ ਕਰਨੇ ਜੀ ਐਡ ਕਰੇਲੇ ਜਿਹੜੇ ਓਇਲ ਦੇ ਅੰਦਰ ਪਹਿਲੇ ਅਸੀਂ ਭੁੰਨ ਲਏ ਸੀ ਅਤੇ ਜੀ ਤੁਸੀਂ ਚਣੇ ਦੀ ਦਾਲ ਜਿਹੜੀ ਸਾਡੀ ਜਿਹੜੀ ਬਚੀ ਉਹ ਵੀ ਅਸੀਂ ਇਹਦੇ ਅੰਦਰ ਹੀ ਐਡ ਕਰਾਂਗੇ ਅਤੇ ਇਹਨੂੰ ਦੇਣੇ ਜੀ ਵੀ ਪਰ ਦਮ ਜਿਹੜਾ ਨਾ ਜੀ ਦਮ ਦੇ ਵਿੱਚ ਉਹ ਨਰਮ ਹੋ ਜਾਂਦੇ ਅਤੇ ਜਿਹੜਾ ਤਿਆਰ ਵੀ ਹੋ ਜਾਂਦੇ ਬੋਲਦੇ ਕੈਮਰੇ ਦੇ ਵਿੱਚ ਲੱਗ ਰਹੇ ਨੇ ਕਰੇਲੇ ਬਿਲਕੁਲ ਕਾਲੇ ਲੇਕਿਨ ਇੰਨੇ ਬਲੈਕ ਕਰੇਲੇ ਕੋਈ ਨਹੀਂ ਅਤੇ ਸੈੱਟ ਹੋ ਜਾਣਗੇ ਜਦੋਂ ਦਮ ਲੱਗੇਗਾ ਨਾ ਚਲੋ ਬਾਈ ਦੇ ਤਾ ਸੀ ਦਮ ਆਂਚ ਇਹਦੀ ਕਰਨੇ ਜੀ ਮੀਨੀ ਚਲੋ ਇਹਨਾਂ ਕਰਨੇ ਜੀ ਇੰਤਜ਼ਾਰ ਪੰਜ ਮਿੰਟ ਵੀਡੀਓ ਦੇ ਨਾਲ ਬਣੇ ਰਹੀਏਗਾ ਜੀ ਮੇਰੇ ਭੈਣ ਸਾਹਿਬ ਜਿਹੜਾ ਚੈਨਲ ਨਿਊ ਅਗਰ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦੇਵੇ ਅਤੇ ਬੈੱਲ ਦੇ ਬਟਨ ਨੂੰ ਲਾਜ਼ਮੀ ਨਾ ਪਿਆ ਕਰੋ ਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲੇ ਪਹੁੰਚ ਗਿਆ ਕਰੋ ਜਿਵੇਂ ਜੀ ਮਾਸ਼ਾਅੱਲਾ ਜੀ ਕਰੇਲੇ ਵਾਲੀ ਰੈਡੀ ਹੋ ਚੁੱਕੀ ਹੈ ਸਾਡੀ ਚਲੇ ਇਹਨੂੰ ਕਰਨੇ ਜੀ ਸਰ ਪਾਣੀ ਪਕਾਉਣੇ ਹੋਈ ਜੇਕਰ ਧਨੀਆ ਐਡ ਕੀਤਾ ਜੀ ਉਹਨੇ ਦੇ ਨਾਲ ਉੱਪਰ ਕਰੇਲਿਆਂ ਦੇ ਅਤੇ ਅੱਜ ਜਿਵੇਂ ਰਾਤ ਦੇ ਨਾ ਸੀ ਉਹ ਮੌਲ ਵੀ ਜਿਹੜਾ ਨਾ ਮਸਜਿਦ ਦੇ ਵਿੱਚ ਨਾ ਤਾਂ ਜੀ ਪੜ੍ਹ ਰਿਹਾ ਅਤੇ ਨਾਲ ਉਹ ਮੰਗ ਵੀ ਰਿਹਾ ਜੀ ਤੁਹਾਨੂੰ ਮਸਜਿਦ ਦੇ ਨਾਂ ਦੇ ਕੁਛ ਵੀ ਹਰ ਜਿਵੇਂ ਰਾਤ ਜਿਹੜਾ ਨਾ ਜੀ ਮਸਜਿਦ ਸਾਡੇ ਘਰ ਦੇ ਜਿਹੜੇ ਗਰੀਬ ਆ ਇਹੀ ਗੈਰ ਨਾਲ ਮੰਗਦੇ ਨੇ ਮਸਜਿਦ ਵਾਲੇ ਬਾਕੀ ਹੋਰ ਕੋਈ ਮਸੀਤਾਂ ਵਾਲੇ ਨਹੀਂ ਮੰਗਦੇ ਚਲੋ ਜਿੰਨੇ ਵੀ ਦਿਨ ਅੱਲਾ ਦੇ ਰਾਹ 'ਤੇ ਦੇਣਾ ਅਤੇ ਉਹਨਾਂ ਦੀ ਆਵਾਜ਼ ਜਿਹੜਾ ਨਾ ਤੁਹਾਨੂੰ ਮੌਲਵੀ ਦੀ ਵੀ ਕੰਟੀਨਿਊ ਵਿੱਚ ਆਉਂਦੀ ਹੋਏਗੀ ਅਤੇ ਚਲੋ ਡਿਸ਼ ਆਊਟ ਕਰਨੀ ਜੀ ਵੀ ਪਰ ਕਰੇਲਿਆਂ ਦੀ ਰੈਸਪੀ ਚਨਿਆਂ ਦੀ ਦਾਲ ਦੇ ਨਾਲ ਤਾਂ ਵੀਵਰ ਜੀ ਇਹ ਜੀ ਸਾਡੀ ਕਰੇਲਿਆਂ ਦੀ ਰੈਸਪੀ ਬਿਲਕੁਲ ਰੈਡੀ ਹੋ ਚੁੱਕੀ ਹੈ ਅਤੇ ਜਿਸ ਮੇਰੇ ਭੈਣ ਭਰਾ ਨੇ ਖਾਣੀ ਹੋਵੇ ਜੀ ਆ ਜਾਵੇ ਸੋ ਬਿਸਮਿਲ੍ਲਾ ਖਾਵੇ ਅਤੇ ਮੈਨੂੰ ਜੇ ਤੁਸੀਂ ਇਜਾਜ਼ਤ ਇਨਸ਼ਾਅੱਲਾ ਤਾਲਾ ਜੀ ਫਿਰ ਕੱਲ੍ਹ ਇੱਕ ਨਵੀਂ ਰੈਸਪੀ ਨਾਲ ਹਾਜ਼ਰ ਹੋਵਾਂਗੇ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ ਜੀ ਅਗਰ ਤੁਹਾਨੂੰ ਅੱਛੀ ਲੱਗੀ ਹੈ ਰੈਸਪੀ ਤਾਂ ਆਪਣੇ ਭਰਾ ਨੂੰ ਕਮੈਂਟ ਲਾਜ਼ਮੀ ਬੈਕ ਦੱਸਿਓ ਅਤੇ ਇਨਸ਼ਾਅੱਲਾ ਤਾਲਾ ਜੀ ਕੱਲ੍ਹ ਮਿਲਾਂਗੇ ਇੱਕ ਨਵੀਂ ਰੈਸਪੀ ਨਾਲ ਅੱਲਾ ਹਾਫਿਜ਼।